ਜਸ ਪੰਜਾਬੀ ਟੀਵੀ ਵੇਖਣ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਵੱਲੋਂ ਬੜੇ ਹੀ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਜ਼ਰ ਹਾਂ ਤੁਹਾਡਾ ਹਫ਼ਤਾਵਾਰੀ ਪ੍ਰੋਗਰਾਮ ਸਿਹਤ ਵਿਗਿਆਨ ਲੈ ਕੇ। ਜਿਸ ਤਰ੍ਹਾਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਵੀ ਆਪਾਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਸਿਧਾਂਤਿਕ ਤੌਰ 'ਤੇ ਵੈਰੀਫਾਈਡ ਗੱਲਾਂ ਮੈਡੀਕਲ ਸਾਇੰਸ ਦੀਆਂ, ਸਰੀਰ ਦੇ ਸਿਧਾਂਤ ਦੀਆਂ, ਸਰੀਰ ਦੇ ਚੱਲਣ ਦੀਆਂ ਡਿਸਕਸ ਕਰਦੇ ਹਾਂ। ਔਰ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਮੈਂ ਮੈਡੀਕਲ ਟਰਮੀਨੋਲੋਜੀ ਘੱਟ ਤੋਂ ਘੱਟ ਇਸਤੇਮਾਲ ਕਰਾਂ ਅਤੇ ਉਹ ਲਫ਼ਜ਼ ਇਸਤੇਮਾਲ ਕਰਾਂ ਜਿਨ੍ਹਾਂ ਨੂੰ ਤੁਸੀਂ ਆਮ ਸਾਰੇ ਪੰਜਾਬੀ ਘਰਾਂ ਵਿੱਚ ਬੈਠੇ ਹੋਏ ਸੁਣੋ ਅਤੇ ਸਮਝ ਸਕਦੇ ਹੋ। ਫਿਰ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਐਸਾ ਮੈਡੀਕਲ ਟਰਮੀਨੋਲੋਜੀ ਦਾ ਲਫ਼ਜ਼ ਆ ਜਾਂਦਾ ਅਤੇ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਇਹਦੇ ਅਰਥ ਵੀ ਨਾਲ ਦੀ ਨਾਲ ਸਮਝਾ ਦਿਆਂ ਤਾਂ ਕਿ ਤੁਹਾਨੂੰ ਸਮਝਣ ਵਿੱਚ ਆਸਾਨੀ ਰਹੇ। ਖੈਰ, ਪਿਛਲੇ ਹਫ਼ਤੇ ਦੇ ਪ੍ਰੋਗਰਾਮ ਵਿੱਚ ਮੈਂ ਡਿਸਕਸ ਕਰ ਰਿਹਾ ਸਾਂ ਤੁਹਾਡੇ ਨਾਲ ਕਿ ਬਿਮਾਰੀ ਦੇ ਠੀਕ ਹੋਣ ਦਾ ਇੱਕ ਸਿਧਾਂਤ ਹੈ, ਇਲਾਜ ਤੁਸੀਂ ਕਿਤੋਂ ਵੀ ਕਰਵਾਓ ਪਰ ਜੇ ਉਸ ਸਿਧਾਂਤ ਦੇ ਮੁਤਾਬਕ ਤੁਹਾਡਾ ਇਲਾਜ ਚੱਲ ਰਿਹਾ ਹੈ ਤਾਂ ਉਹ ਪਰਫੈਕਟ ਇਲਾਜ ਹੈ, ਉਹ ਸਹੀ ਇਲਾਜ ਹੈ, ਉਸ ਨੂੰ ਕੰਟੀਨਿਊ ਕਰਨ ਦੀ ਲੋੜ ਹੈ। ਔਰ ਉਹਦੇ ਵਿੱਚ ਮੈਂ ਇਹ ਦੱਸਿਆ ਸੀ ਤੁਹਾਡੇ ਨਾਲ ਕਿ ਜੇ ਬਿਮਾਰੀ ਸੈਂਟਰ ਟੂ ਸਰਕਮਫਰੈਂਸ ਜਾਵੇ, ਅੰਦਰ ਦੇ ਅੰਗਾਂ ਤੋਂ ਬਿਮਾਰੀ ਬਾਹਰ ਦੇ ਅੰਗਾਂ ਵਾਲੇ ਪਾਸੇ ਆਉਣੀ ਸ਼ੁਰੂ ਹੋ ਜਾਵੇ, ਬਾਹਰ ਮੁਖੀ ਹੋ ਜਾਵੇ, ਤਾਂ ਇਹ ਗੁੱਡ ਸਾਈਨ ਹੈ। ਜੇ ਬਿਮਾਰੀ ਹੈਡ ਟੂ ਹੀਲ ਜਾਣੀ ਸ਼ੁਰੂ ਹੋ ਜਾਵੇ, ਉੱਪਰ ਤੋਂ ਹੇਠਾਂ ਵੱਲ ਜਾਣੀ ਸ਼ੁਰੂ ਹੋ ਜਾਵੇ ਤਾਂ ਇਹ ਠੀਕ ਹੈਗੀ ਹੈ ਗੱਲ। ਔਰ ਇਸੇ ਹੀ ਸਿਧਾਂਤ ਦੇ ਵਿੱਚੋਂ ਨਿਕਲਿਆ ਹੋਇਆ ਇੱਕ ਹੋਰ ਸਿਧਾਂਤ ਹੈ ਕਿ ਜੇ ਬਿਮਾਰੀ ਮੋਰ ਇੰਪੋਰਟੈਂਟ ਅੰਗਾਂ ਤੋਂ ਲੈੱਸ ਇੰਪੋਰਟੈਂਟ ਅੰਗਾਂ ਵੱਲ ਜਾਣੀ ਸ਼ੁਰੂ ਹੋਵੇ ਤਾਂ ਵੀ ਇਹ ਗੁੱਡ ਸਾਈਨ ਹੈ। ਹਾਰਟ ਦੀ ਪ੍ਰੋਬਲਮ ਹੈ, ਕਿਡਨੀ ਦੀ ਪ੍ਰੋਬਲਮ ਹੈ, ਲੰਗਸ ਦੀ ਪ੍ਰੋਬਲਮ ਹੈ, ਇਹ ਅਗਰ ਉਹਨਾਂ ਅੰਗਾਂ ਤੋਂ ਹਟ ਕੇ, ਕਿਉਂਕਿ ਲਾਈਫ ਸੇਵਿੰਗ ਔਰਗਨਸ ਨੇ, ਇਹ ਉਹ ਅੰਗ ਨੇ ਜਿਨ੍ਹਾਂ ਤੋਂ ਬਿਨਾਂ ਜੀਵਨ ਚੱਲਣਾ ਬਹੁਤ ਮੁਸ਼ਕਲ ਹੈਗਾ। ਅਤੇ ਜਦੋਂ ਆਮ ਤੌਰ 'ਤੇ ਕੀ ਹੈ, ਕਿਸੇ ਨੂੰ ਲਿਵਰ 'ਚ ਪ੍ਰੋਬਲਮ ਹੁੰਦੀ ਹੈ ਨਾ ਅਤੇ ਪੀਲੀਆ ਹੋ ਜਾਂਦਾ ਆ। ਪੀਲੀਆ ਕੀ ਹੈ? ਕੁਦਰਤ ਜਾਂ ਸਰੀਰ ਅੰਦਰੋਂ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਮੇਰੇ ਅੰਦਰ ਕੀ ਉਹ ਤਾਂ ਤੁਹਾਨੂੰ ਨਹੀਂ ਪਤਾ ਲੱਗ ਰਿਹਾ, ਪਰ ਬਾਹਰ ਦਾ ਵੇਖ ਰਹੇ ਹੋ ਨਾ, ਮੇਰੀ ਚਮੜੀ ਪੀਲੀ ਹੋ ਗਈ ਹੈ, ਮੇਰੇ ਨਹੁੰ ਪੀਲੇ ਹੋ ਗਏ ਨੇ, ਪਿਸ਼ਾਬ ਬਾਹਰ ਨਿਕਲਿਆ ਪੀਲੇ ਰੰਗ ਦਾ ਹੋ ਗਿਆ, ਤਾਂ ਤੁਹਾਨੂੰ ਇਹ ਇੰਡੀਕੇਸ਼ਨ ਦੇ ਰਹੀ ਹੈ, ਸਰੀਰ ਅੰਦਰੋਂ ਇਹ ਸਿਗਨਲ ਭੇਜ ਰਿਹਾ ਵੀ ਭਾਈ ਆਹ ਬਾਹਰ ਨਿਸ਼ਾਨੀਆਂ ਇਸ ਕਰਕੇ ਆ ਗਈਆਂ ਨੇ, ਕਿਸੇ ਦਰਖਤ ਦੇ ਪੀਲੇ ਪੱਤੇ ਹੋ ਗਏ ਆ, ਇਹ ਨਿਸ਼ਾਨੀਆਂ ਨੇ ਇਸ ਗੱਲ ਦੀਆਂ ਕਿ ਇਹਦੇ ਹੇਠਾਂ ਜੜ੍ਹਾਂ ਦੇ ਵਿੱਚ ਖੁਰਾਕ ਨਾਰਮਲ ਤੌਰ 'ਤੇ ਨਹੀਂ ਜਾ ਰਹੀ। ਠੀਕ ਉਸੇ ਤਰ੍ਹਾਂ ਹੀ ਸਰੀਰ ਦੇ ਕਿਸੇ ਵੀ ਅੰਗ ਦੇ ਵਿੱਚ ਨੁਕਸ ਹੁੰਦਾ। ਮੈਂ ਇਹ ਤਾਂ ਇੱਕ ਐਗਜ਼ਾਮਪਲ ਦਿੱਤੀ ਨਾ ਤੁਹਾਨੂੰ ਪੀਲੀਏ ਦੀ, ਜੈਂਡਸ ਦੀ, ਕਿ ਲਿਵਰ 'ਚ ਕੋਈ ਪ੍ਰੋਬਲਮ ਹੋਵੇ ਤਾਂ, ਪਰ ਹਰ ਅੰਗ ਦੇ ਵਿੱਚ ਪੈਦਾ ਹੋਣ ਵਾਲੀ ਬਿਮਾਰੀ ਦੀਆਂ ਇਸੇ ਤਰ੍ਹਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਨੇ ਬਾਹਰ ਮੁਖੀ ਹੋ ਕੇ ਆਉਂਦੀਆਂ ਨੇ। ਕਿਸੇ ਵੀ ਤਰ੍ਹਾਂ ਫੇਫੜਿਆਂ ਦੇ ਵਿੱਚ ਆਕਸੀਜਨ ਪੂਰੀ ਨਹੀਂ ਹੋ ਰਹੀ, ਲੰਗਸ ਦੀ ਕੋਈ ਵੀ ਪ੍ਰੋਬਲਮ ਹੋਵੇ, ਚਾਹੇ ਉਹ ਨਮੋਨੀਆ ਹੈ, ਚਾਹੇ ਪਲੂਰਸੀ ਹੈ, ਚਾਹੇ ਕੁਛ ਵੀ ਹੋ ਜਾਵੇ, ਤਾਂ ਉਸ ਹਾਲਾਤ ਵਿੱਚ ਕੀ ਹੈ, ਬੁੱਲ ਨੀਲੇ ਹੋਣੇ ਸ਼ੁਰੂ ਹੋ ਜਾਂਦੇ ਨੇ, ਸਰਦੀ ਜਲਦੀ ਲੱਗਣੀ ਸ਼ੁਰੂ ਹੋ ਜਾਂਦੀ ਹੈ, ਅੰਦਰੋਂ ਬੰਦਾ ਹੀਟ ਮਹਿਸੂਸ ਕਰਦਾ ਹੈ ਪਰ ਬਾਹਰ ਸਰਦੀ ਲੱਗਣੀ ਜਲਦੀ ਸ਼ੁਰੂ ਹੋ ਜਾਂਦੀ ਹੈ, ਨੌ ਨੀਲੇ ਹੋਣੇ ਸ਼ੁਰੂ ਹੋ ਜਾਂਦੇ ਨੇ। ਠੀਕ ਇਹੋ ਜਿਹੇ ਹੀ ਹਾਲਾਤ ਹਾਰਟ ਦੀਆਂ ਪ੍ਰੋਬਲਮ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਨੇ। ਕਿਉਂ? ਕਿਉਂਕਿ ਇਹਨਾਂ ਦਾ ਸੰਬੰਧ ਆਕਸੀਜਨੇਸ਼ਨ ਨਾਲ ਹੈ, ਖੂਨ ਨੂੰ ਪਿਓਰੀਫਾਈ ਕਰਨਾ, ਜਾਂ ਇੰਝ ਕਹਿ ਲਓ ਖੂਨ ਦੇ ਵਿੱਚ ਆਕਸੀਜਨ ਭਰਨ ਨਾਲ ਸੰਬੰਧ ਹੈ। ਇਹਨਾਂ ਦਾ ਸੰਬੰਧ ਉਸ ਭਰੇ ਹੋਈ ਆਕਸੀਜਨ ਨੂੰ ਸਾਰੇ ਸਰੀਰ ਦੇ ਵਿੱਚ ਸਾਰੇ ਅੰਗਾਂ ਤੱਕ ਪਹੁੰਚਾਉਣ ਦਾ ਕੰਮ ਹੈਗਾ। ਪਰ ਜੇ ਇਹਨਾਂ ਦੇ ਕੋਲ ਆਪਣੇ ਕੋਲ ਹੀ ਆਕਸੀਜਨ ਘੱਟ ਆ ਰਹੀ ਹੈ, ਜੇ ਇਹਨਾਂ ਦੀ ਸਪਲਾਈ ਦੇ ਵਿੱਚ ਕੋਈ ਫਰਕ ਪੈ ਗਿਆ ਹੈਗਾ, ਤਾਂ ਫਿਰ ਇਹ ਨਿਸ਼ਾਨੀਆਂ ਜਿਹੜੀਆਂ ਨੇ ਬਾਹਰ ਆਉਣਗੀਆਂ, ਜਿਹੜੀਆਂ ਸਾਨੂੰ ਇਹ ਦੱਸਣਗੀਆਂ ਕਿ ਭਾਈ ਇਹਦੇ ਅੰਦਰ ਕਿੱਥੇ ਕਿੱਥੇ ਨੁਕਸ ਹੋ ਸਕਦਾ ਹੈਗਾ। ਅੱਖਾਂ ਅੱਗੇ ਕਾਲੇ ਘੇਰੇ ਪੈ ਗਏ ਹੈ। ਹੁਣ ਤੁਸੀਂ ਜਿੰਨੀਆਂ ਮਰਜ਼ੀ ਕਰੀਮਾਂ ਲਾ ਲਓ, ਬੀਬੀਆਂ ਭੈਣਾਂ ਮੇਰੀਆਂ ਬਹੁਤ ਕੁਛ ਐਸਾ ਕਰਦੀਆਂ ਨੇ ਕਿ ਉਹ ਵਿਟਾਮਿਨ ਲੈ ਲੈ ਜੀ, ਇਹ ਚੀਜ਼ ਲੈ ਲਈ ਜੀ, ਉਹ ਚੀਜ਼ ਲੈ ਲਈ, ਲੇਕਿਨ ਉਹ ਠੀਕ ਨਹੀਂ ਹੁੰਦੀਆਂ, ਕਿਉਂਕਿ ਉਹਦੇ ਪਿੱਛੇ ਕਾਰਨ ਹੋਰ ਹੁੰਦੇ ਨੇ। ਔਰ ਉਹਨਾਂ ਕਾਰਨਾਂ ਨੂੰ ਜਾਣਨ ਦੀ ਲੋੜ ਹੈ, ਸਿਰ ਤੋਂ ਪੈਰਾਂ ਤੱਕ ਹਿਸਟਰੀ ਲੈ ਕੇ। ਮੈਂ ਇਹ ਵਾਰ ਵਾਰ ਕਹਿ ਚੁੱਕਿਆ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕਿ ਕੋਈ ਵੀ ਬਿਮਾਰੀ ਇੰਡੀਵਿਜੁਅਲ ਤੌਰ 'ਤੇ ਕਿਸੇ ਇੱਕ ਹੀ ਅੰਗ ਨੂੰ ਫੜ ਕੇ ਨਹੀਂ ਬੈਠਦੀ, ਕਿਉਂਕਿ ਸਾਰੇ ਅੰਗ ਇੱਕ ਦੂਜੇ ਦਾ ਸਹਿਯੋਗ ਕਰਦੇ ਨੇ। ਗੁਆਂਢੀਆਂ ਦੇ ਘਰੇ ਕੋਈ ਅੱਗ ਲੱਗੀ ਹੋਵੇ ਤਾਂ ਤੁਸੀਂ ਵੀ ਤਾਂ ਬਾਲਟੀ ਲੈ ਕੇ ਜਾਓਗੇ ਨਾ ਪਾਣੀ ਪਾਉਣ ਵਾਸਤੇ, ਔਰ ਤੁਹਾਡੇ ਘਰ ਦਾ ਕੰਮ ਵੀ ਤਾਂ ਪ੍ਰਭਾਵਿਤ ਹੋਏਗਾ ਨਾ, ਤੁਹਾਡੀਆਂ ਜ਼ਿੰਮੇਵਾਰੀਆਂ ਤਾਂ ਰਹਿ ਗਈਆਂ ਨਾ ਜਿਹੜੀਆਂ ਤੁਸੀਂ ਉਹਨਾਂ ਦੇ ਘਰੇ ਜਾ ਕੇ ਪਾਣੀ ਪਾਉਣ 'ਤੇ ਆ ਕੇ ਆਪਣਾ ਸਮਾਂ ਬਰਬਾਦ ਕੀਤਾ ਜਾਂ ਸਮਾਂ ਲਾਇਆ ਹੈ। ਠੀਕ ਇਸੇ ਤਰ੍ਹਾਂ ਹੀ ਹਰ ਅੰਗ ਦਾ ਇੱਕ ਦੂਜੇ ਨਾਲ ਸੰਬੰਧ ਹੈ, ਸਾਰਿਆਂ ਦੇ ਯੋਗ ਫਲ ਨਾਲ ਇੱਕ ਜੀਵਨ ਪੈਦਾ ਹੁੰਦਾ ਹੈ, ਅਤੇ ਜਦੋਂ ਕਿਸੇ ਅੰਗ ਦੇ ਵਿੱਚ ਕੋਈ ਜ਼ਿਆਦਾ ਨੁਕਸ ਪ੍ਰਦਰਸ਼ਿਤ ਹੋ ਰਿਹਾ ਆ, ਇਹ ਮਤ ਸਮਝੋ ਕਿ ਬਾਕੀ ਦੇ ਅੰਗ ਬਿਲਕੁਲ ਤੰਦਰੁਸਤ ਨੇ।
ਜਦੋਂ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਇੱਕ ਤਰ੍ਹਾਂ ਨਾਲ ਨੇਚਰ ਨੂੰ ਪੂਰੀ ਤਰ੍ਹਾਂ ਇਗਨੋਰ ਕਰ ਰਹੇ ਹਾਂ, ਕੇਵਲ ਆਪਣੀ ਚਲਾ ਰਹੇ ਹਾਂ, ਕੇਵਲ ਆਪਣੇ ਮੁਤਾਬਕ ਹੀ ਇਸ ਬਿਮਾਰੀ ਦਾ ਇਲਾਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਹੜਾ ਕਿ ਕਦੇ ਕਾਮਯਾਬ ਨਹੀਂ ਹੋਣਾ, ਕਿਉਂਕਿ ਪੂਰੇ ਦਾ ਪੂਰਾ ਵਾਸ਼ ਆਊਟ ਹੋ ਹੀ ਨਹੀਂ ਰਹੀ ਬਿਮਾਰੀ। ਟੈਂਪਰੇਰੀ ਤੌਰ 'ਤੇ ਇੱਕ ਅੰਗ ਦੇ ਵਿੱਚ ਕੋਈ ਨੁਕਸ ਹੋਇਆ, ਤੁਸੀਂ ਉਹਨੂੰ ਫੜ ਕੇ ਬੈਠ ਗਏ ਅਤੇ ਅਲਟੀਮੇਟ ਕਿੱਥੇ ਪਹੁੰਚੋਗੇ? ਇਸ ਅੰਗ ਨੂੰ ਕੱਢ ਦਿਓ, ਜੇ ਇਹਦੇ ਬਿਨਾਂ ਜੀਵਨ ਚੱਲ ਸਕਦਾ ਤਾਂ। ਇਸ ਨੂੰ ਇਲਾਜ ਪੱਧਤੀ ਨਹੀਂ ਕਹਿੰਦੇ, ਇਸ ਨੂੰ ਕਹਿੰਦੇ ਹੱਥ ਖੜ੍ਹੇ ਕਰਨਾ ਕਿ ਨਾ ਭਾਈ ਮੇਰੇ ਕੋਲ ਤਾਂ ਕੋਈ ਹੱਲ ਨਹੀਂ ਹੈਗਾ, ਹੁਣ ਇਹਦਾ ਇਹੀ ਕਰੋ ਵੀ ਇੱਕ ਕਿਡਨੀ ਇਹਦੀ ਕੱਢ ਦਿਓ, ਇੱਕ ਕਿਡਨੀ ਨਾਲੇ ਬੰਦਾ ਜਿਉਂਦਾ ਰਹਿ ਸਕਦਾ। ਜੇ ਇੱਕ ਕਿਡਨੀ ਕੋਈ ਹੋਰ ਟ੍ਰਾਂਸਪਲਾਂਟ ਹੁੰਦੀ ਹੈ, ਇਹ ਐਡਵਾਂਸਮੈਂਟ, ਅਸੀਂ ਇਹਨੂੰ ਕਹਿੰਦੇ ਹਾਂ ਕਿ ਸਾਡੀ ਐਡਵਾਂਸਮੈਂਟ ਹੈ ਭਾਈ। ਉਹ ਭਾਈ ਐਡਵਾਂਸਮੈਂਟ ਤਾਂ ਨਹੀਂ ਹੈ, ਸਾਡੀ ਕਮੀ ਹੈ ਅਤੇ ਅਸੀਂ ਕਮੀ ਨੂੰ ਓਵਰਲੈਪ ਕੀਤਾ ਹੈ। ਸਾਡੀ ਕਮੀ ਹੈ ਕਿ ਅਸੀਂ ਉਸ ਕਿਡਨੀ ਨੂੰ ਚਲਾ ਨਹੀਂ ਸਕੇ, ਅਸੀਂ ਉਸ ਕਿਡਨੀ ਦੇ ਵਿੱਚ ਆਏ ਵਿਕਾਰ ਨੂੰ ਜਾਂ ਹੋਰ ਬਾਕੀ ਸਾਰੇ ਅੰਗਾਂ ਦੇ ਵਿੱਚ ਉਹਦੇ ਨਾਲ ਰਲਦੇ ਹੋਏ ਵਿਕਾਰਾਂ ਨੂੰ ਠੀਕ ਨਹੀਂ ਕਰ ਸਕੇ, ਅਤੇ ਅਸੀਂ ਉਸ ਨੂੰ ਓਵਰਲੈਪ ਕਰ ਲਿਆ। ਜਿਵੇਂ ਕਿਸੇ ਥਾਂ ਦਾ ਗਾਰਬੇਜ ਤੁਸੀਂ ਠੀਕ ਨਾ ਕਰ ਸਕੋ, ਨਾ ਬਾਹਰ ਸਿੱਟ ਸਕੋ, ਅਤੇ ਉਹਦੇ ਉੱਪਰ ਮਿੱਟੀ ਪਾ ਦਿਓ, ਲਿਪ ਦਿਓ ਉੱਪਰੋਂ, ਕਿੰਨੀ ਕੁ ਚਿਰ, ਕਿੰਨੀ ਕੁ ਦੇਰ? ਐਸਾ ਸਭ ਸੰਭਵ ਨਹੀਂ ਹੈ। ਸੋ ਮੇਰੇ ਕਹਿਣ ਤੋਂ ਭਾਵ, ਜਦੋਂ ਕੋਈ ਵੀ ਬਿਮਾਰੀ ਸੈਂਟਰ ਟੂ ਸਰਕਮਫਰੈਂਸ ਜਾਵੇ, ਜਦੋਂ ਕੋਈ ਵੀ ਬਿਮਾਰੀ ਅਪਵਾਰਡ ਟੂ ਡਾਊਨਵਾਰਡ ਜਾਵੇ, ਜਦੋਂ ਕੋਈ ਵੀ ਬਿਮਾਰੀ ਮੇਜਰ ਇੰਪੋਰਟੈਂਟ ਅੰਗਾਂ ਤੋਂ ਲੈਸ ਇੰਪੋਰਟੈਂਟ ਅੰਗਾਂ ਵਾਲੇ ਪਾਸੇ ਜਾਵੇ, ਜਿਸ ਤਰ੍ਹਾਂ ਮੈਂ ਅੱਗੇ ਵੀ ਐਗਜ਼ਾਮਪਲ ਦਿੱਤੀ ਸੀ ਕਿ ਅਗਰ ਹਾਰਟ ਦੀ ਟ੍ਰੀਟਮੈਂਟ ਦੇ ਸਮੇਂ ਕਿਸੇ ਦੇ ਜੋੜਾਂ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਵੇ, ਅਗਰ ਫੇਫੜਿਆਂ ਦੀ ਪ੍ਰੋਬਲਮ ਦੇ ਸਮੇਂ ਕਿਸੇ ਨੂੰ ਸਕਿਨ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਵੇ, ਅਗਰ ਆਂਤੜੀਆਂ ਦੇ ਰੋਗ ਸਮੇਂ ਕਿਸੇ ਨੂੰ ਅਲਟੀਕੇਰੀਆ, ਜਿਸ ਨੂੰ ਤੁਸੀਂ ਤੱਫੜ ਵਗੈਰਾ ਨਿਕਲਣੇ ਕਹਿੰਦੇ ਹੋ, ਅਲਟੀ ਵਗੇਰੀਆ ਹੋਣਾ ਸ਼ੁਰੂ ਹੋ ਜਾਵੇ, ਤਾਂ ਤੁਸੀਂ ਸਮਝੋ ਇਹ ਬਾਹਰ ਦਾ ਪ੍ਰਦਰਸ਼ਨ ਹੈ ਕੁਦਰਤ ਦਾ, ਔਰ ਇਹ ਠੀਕ ਹੋ ਰਿਹਾ। ਅੰਦਰ ਤੋਂ ਜਦੋਂ ਠੀਕ ਹੋਣਾ ਸ਼ੁਰੂ ਹੋਏਗਾ, ਅੰਦਰ ਤੋਂ ਕੁਦਰਤ ਆਪਣੇ ਆਪ ਕੋਸ਼ਿਸ਼ ਕਰ ਰਹੀ ਹੈ ਵੀ ਜਿਹੜਾ ਅੰਦਰ ਆਂਤੜੀਆਂ 'ਚ ਨੁਕਸ ਪਿਆ ਆ ਮੈਂ ਉਹਨੂੰ ਠੀਕ ਕਰਾਂ, ਪਰ ਉਹਨੂੰ ਠੀਕ ਕਰਕੇ ਗਾਰਬੇਜ ਬਾਹਰ ਸਿੱਟਾਂ। ਹੁਣ ਤੁਸੀਂ ਅਗਰ ਉਸ ਗਾਰਬੇਜ ਨੂੰ ਬਾਹਰੋਂ ਕਰੀਮਾਂ ਨਾਲ, ਬਾਹਰੋਂ ਟ੍ਰੋਪੀਕਲ ਆਇੰਟਮੈਂਟਸ ਦੇ ਨਾਲ ਜਾਂ ਕਿਸੇ ਵੀ ਟ੍ਰੀਟਮੈਂਟ ਦੇ ਨਾਲ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਇਹਦਾ ਮਤਲਬ ਤੁਸੀਂ ਕੁਦਰਤ ਦੇ ਉਲਟ ਕੰਮ ਕਰ ਰਹੇ ਹੋ, ਔਰ ਜਦੋਂ ਤੁਸੀਂ ਕੁਦਰਤ ਦੇ ਉਲਟ ਕੰਮ ਕਰ ਰਹੇ ਹੋ ਕਦੇ ਵੀ ਕਾਮਯਾਬ ਨਹੀਂ ਹੋਵੋਗੇ। ਇਸੇ ਕਰਕੇ ਹੁੰਦਾ ਆ ਕਿ ਅੱਜ ਇੱਕ ਡਾਕਟਰ ਬਦਲਿਆ, ਕੱਲ੍ਹ ਦੂਸਰਾ ਬਦਲਿਆ, ਫਿਰ ਹੋਰ ਬਦਲਿਆ, ਇੱਕ ਡਾਕਟਰ ਨੇ ਇੱਕ ਸਟਰੋਂਗ ਮੈਡੀਸਨ ਦੇ ਦਿੱਤੀ, ਦੂਸਰੇ ਨੇ ਉਸ ਤੋਂ ਸਟਰੋਂਗ ਦੇ ਦਿੱਤੀ, ਤੀਸਰੇ ਨੇ ਉਸ ਤੋਂ ਸਟਰੋਂਗ ਦੇ, ਕਿਉਂਕਿ ਡਾਕਟਰਾਂ ਦੀਆਂ ਅਲੱਗ ਅਲੱਗ ਡਿਗਰੀਆਂ ਕੁਆਲੀਫਿਕੇਸ਼ਨਸ ਨੇ ਕਿ ਇਹ ਕਿੰਨਾ ਕੁ ਜ਼ਹਿਰ ਦੇ ਸਕਦਾ ਹੈ, ਇਹਨੂੰ ਕਿੰਨਾ ਕੁ ਜ਼ਹਿਰ ਦੇਣ ਦੀ ਇਜਾਜ਼ਤ ਹੈਗੀ ਹੈ, ਇਹਨੂੰ ਕਿੰਨਾ ਕੁ ਟੌਕਸਨ ਹੋਰ ਦੇਣ ਦੀ ਇਜਾਜ਼ਤ ਹੈਗੀ ਹੈ। ਪਰ ਯਾਦ ਰੱਖਣਾ, ਜਿਹੜੀਆਂ ਇਸ ਤਰ੍ਹਾਂ ਦਾ ਟ੍ਰੀਟਮੈਂਟ ਹੈਗਾ, ਇਹ ਪਬਲਿਕ ਹਿੱਤ ਵਿੱਚ ਗੱਲ ਆ ਕਿ ਜਿੰਨਾ ਵੀ ਅਸੀਂ ਮੈਡੀਸਨ ਕਿਸੇ ਅੰਗ ਨੂੰ ਸਿਰਫ ਟਾਰਗੇਟ ਕਰਕੇ ਦਵਾਈ ਦਿੰਦੇ ਹਾਂ, ਉਹ ਸਾਰੇ ਦੀ ਸਾਰੀ ਮੈਡੀਸਨ ਟੌਕਸਨ ਹੈ ਜਿਹੜਾ ਅਸੀਂ ਅੰਦਰ ਦੇ ਰਹੇ ਹਾਂ, ਜ਼ਬਰਦਸਤੀ ਉਸ ਨੂੰ ਦਬਾਉਣ ਵਾਸਤੇ ਅਸੀਂ ਦੇ ਰਹੇ ਹਾਂ, ਟੌਕਸਨ ਜਾ ਰਿਹਾ ਸਾਡੇ ਸਰੀਰ ਦੇ ਵਿੱਚ, ਔਰ ਉਸ ਟੌਕਸਨ ਨੂੰ ਬਿਮਾਰੀ ਦੇ ਨਾਲ ਨਾਲ, ਕੁਦਰਤ ਬਿਮਾਰੀ ਵਾਸਤੇ ਕੋਸ਼ਿਸ਼ ਤਾਂ ਹਮੇਸ਼ਾ ਕਰ ਰਹੀ ਹੈ ਉਹਨੂੰ ਠੀਕ ਕਰਨ ਵਾਸਤੇ, ਸਰੀਰ ਨੂੰ ਤੰਦਰੁਸਤ ਕਰਨ ਵਾਸਤੇ ਨਿਸ਼ਾਨੀਆਂ ਪੈਦਾ ਕਰ ਰਹੀਆਂ ਨੇ ਕਿ ਤੁਸੀਂ ਉਹਨੂੰ ਸਮਝੋ ਔਰ ਸਮਝ ਕੇ ਉਹਦਾ ਹੱਲ ਕਰਨ ਦੀ ਕੋਸ਼ਿਸ਼ ਕਰੋ। ਔਰ ਉਹਦੇ ਨਾਲ ਨਾਲ ਜੇ ਤੁਸੀਂ ਮੈਡੀਕੇਸ਼ਨ ਦੇ ਤੌਰ 'ਤੇ, ਦਵਾਈ ਦੇ ਤੌਰ 'ਤੇ ਵੀ ਟੌਕਸਨ ਹੋਰ ਐਡ ਕਰ ਰਹੇ ਹੋ, ਤੁਸੀਂ ਹਰ ਬਿਮਾਰੀ ਹਰ ਦਵਾਈ ਦੇ ਉੱਪਰ ਲਿਖਿਆ ਵੇਖਦੇ ਹੋ ਨਾ ਵੀ ਭਾਈ ਇਸ ਦਵਾਈ ਤੋਂ ਬਾਅਦ ਇਹ ਨਿਸ਼ਾਨੀਆਂ ਅਗਰ ਹੋਣ ਤਾਂ ਡਾਕਟਰ ਨੂੰ ਕੰਸਲਟ ਕਰੋ, ਐਂ ਕੁਛ ਹੋਣਾ ਸ਼ੁਰੂ ਹੋ ਜਾਵੇ ਤਾਂ 911 ਕਾਲ ਕਰੋ। ਭਾਵ ਕੀ ਹੈ ਕਿ ਸਾਨੂੰ ਪਤਾ ਹੈ ਕਿ ਅਸੀਂ ਟੌਕਸਿਨ ਦੇ ਰਹੇ ਹਾਂ, ਸਾਨੂੰ ਪਤਾ ਹੈ ਕਿ ਅਸੀਂ ਜ਼ਹਿਰ ਅੰਦਰ ਹੋਰ ਦੇ ਰਹੇ ਹਾਂ, ਕਿਸੇ ਹੋਰ ਜ਼ਹਿਰ ਦੇ ਕਰਕੇ ਕਿਸੇ ਅੰਗ ਦੇ ਵਿੱਚ ਨੁਕਸ ਪਿਆ ਸੀਗਾ, ਔਰ ਉਸ ਨੂੰ ਠੀਕ ਕਰਨ ਵਾਸਤੇ ਅਸੀਂ ਸਟਰੋਂਗ ਜ਼ਹਿਰ ਜਿਹੜੀ ਹੈ ਉਹ ਦੇਣੀ ਸ਼ੁਰੂ ਕਰ ਦਿੱਤੀ ਹੈਗੀ ਹੈ ਜੀ। ਔਰ ਮਟੀਰੀਅਲ, ਖਾਸ ਗੱਲ ਨੋਟ ਕਰਨ ਵਾਲੀ ਹੈ ਕਿ ਮਟੀਰੀਅਲ ਜ਼ਹਿਰ ਦੇਣੀ ਸ਼ੁਰੂ ਕਰ ਦਿੱਤੀ ਹੈਗੀ ਹੈ, ਔਰ ਉਹਦੇ ਨਾਲ ਕੋਈ ਵੀ ਬਿਮਾਰੀ ਪਰਮਾਨੈਂਟ ਠੀਕ ਹੱਲ ਨਹੀਂ ਹੋ ਸਕਦਾ, ਅਤੇ ਅਲਟੀਮੇਟ ਜਦੋਂ ਅਸੀਂ ਫੇਲ ਹੋ ਜਾਂਦੇ ਹਾਂ, ਵਾਰ ਵਾਰ ਫੇਲ ਹੁੰਦੇ ਹਾਂ, ਅਤੇ ਫਿਰ ਅਸੀਂ ਉਸ ਅੰਗ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਹ ਆਮ ਤੌਰ 'ਤੇ ਸਿਧਾਂਤ, ਅਗਰ ਕਿਸੇ ਵੀ ਥਾਂ 'ਤੇ ਐਸਾ ਹੋ ਰਿਹਾ ਹੈ ਬਿਮਾਰੀ ਦੇ ਠੀਕ ਕਰਦੇ ਹੋਇਆਂ, ਬਿਮਾਰੀ ਦੇ ਇਲਾਜ ਚੱਲਦੇ ਹੋਇਆਂ, ਤਾਂ ਤੁਸੀਂ ਇਸ ਨੂੰ ਸਮਝ ਸਕਦੇ ਹੋ ਕਿ ਬਈ ਇਹ ਠੀਕ ਜਾ ਰਿਹਾ ਹੈ ਜਾਂ ਗਲਤ ਜਾ ਰਿਹਾ ਹੈ। ਅਸੈਸਰੀ ਸਿਮਟਮਸ ਦੀ ਗੱਲ ਮੈਂ ਪਿਛਲੇ ਹਫ਼ਤੇ ਕਰ ਰਿਹਾ ਸੀ ਤੁਹਾਡੇ ਨਾਲ ਕਿ ਅਸੈਸਰੀ ਸਿਮਟਮਸ ਨੂੰ ਜਾਣਨਾ ਬੜਾ ਜ਼ਰੂਰੀ ਹੈ।
ਆਹ ਜਿਹੜੀ ਡਰੱਗ ਪ੍ਰਕਿਰਿਆ ਅੱਜ ਕੱਲ੍ਹ ਸਾਡੇ ਸਾਹਮਣੇ ਚੱਲ ਰਹੀ ਹੈ ਉਹਦੇ ਵਿੱਚ ਆਮ ਤੌਰ 'ਤੇ ਅਸੈਸਰੀ ਸਿਮ ਇਹ ਇੰਡੀਕੇਸ਼ਨ ਹੀ ਇਸ ਗੱਲ ਦੀ ਹੈ ਕਿ ਭਾਈ ਜੇ ਐਸਾ ਹੋ ਜਾਵੇ ਤਾਂ 911 ਕਾਲ ਕਰੋ, ਜੇ ਐਸਾ ਹੋ ਜਾਵੇ ਤਾਂ ਆਪਣੇ ਡਾਕਟਰ ਨੂੰ ਕਾਲ ਕਰੋ। ਉਹਦਾ ਭਾਵ ਕੀ ਆ ਕਿ ਜੋ ਤੁਸੀਂ ਦੇ ਰਹੇ ਹੋ ਖੁਦ ਤੁਸੀਂ ਉਹ ਜਾਣਦੇ ਹੋ ਇਸ ਗੱਲ ਨੂੰ ਕਿ ਇਹਦੇ ਨਾਲ ਅਸੈਸਰੀ ਸਿਮਟਮਸ ਪੈਦਾ ਹੋਣੇ ਨੇ, ਨਾ ਉਹ ਬਿਮਾਰੀ ਦੇ ਸਿਮਟਮ ਨਹੀਂ ਹਨ, ਨਾ ਉਹ ਬਿਮਾਰੀ ਦੀ ਐਡਵਾਂਸਮੈਂਟ ਦੇ ਹਨ, ਨਾ ਉਹ ਬਿਮਾਰੀ ਦੇ ਠੀਕ ਹੋਣ ਵਾਲੀਆਂ ਨਿਸ਼ਾਨੀਆਂ ਹਨ, ਪਰ ਕੁਝ ਨਵੇਂ ਸਿਮਟਮ ਨੇ ਜਿਹੜੇ ਹਜੇ ਤੱਕ ਸਾਡੇ ਕੋਲ ਰਿਕਾਰਡ 'ਚ ਨਹੀਂ ਆਏ। ਪਰ ਹਾਂ, ਦਵਾਈ ਵਾਲਿਆਂ ਨੇ ਜਦੋਂ ਉਹ ਦਵਾਈ ਬਣਾਈ ਅਤੇ ਆਮ ਆਦਮੀਆਂ 'ਤੇ ਐਕਸਪੈਰੀਮੈਂਟ ਕੀਤੇ, ਉਸ ਵੇਲੇ ਉਹ ਸਿਮਟਮ ਜ਼ਰੂਰ ਪੈਦਾ ਹੋਏ। ਕੁਛ ਕੁ ਬੰਦਿਆਂ ਵਿੱਚ ਸਿਮਟਮ ਪੈਦਾ ਹੋਏ ਤਾਂ ਉਸ ਨੂੰ ਅਸੀਂ ਕਿਹਾ ਅਸੈਸਰੀ ਸਿਮਟਮਸ ਆਫ ਦੀ ਡਰੱਗ, ਔਰ ਉਹ ਅਸੈਸਰੀ ਸਿਮਟਮਸ ਡਰੱਗ ਹੁੰਦੇ ਨੇ ਅਤੇ ਫਿਰ ਕਹਿੰਦੇ ਨਾ 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 ਵੀ ਇਹ ਦਵਾਈ ਠੀਕ ਨਹੀਂ ਹੈਗੀ, ਇਹਦੇ ਨਾਲ ਤਾਂ ਇਹ ਹੋਣਾ ਸ਼ੁਰੂ ਹੋ ਗਿਆ, ਹੁਣ ਬਦਲ ਦਿਓ। ਪਰ ਅਸਲ ਅਪਰੋਚ ਉਹ ਨਹੀਂ ਹੈ। ਅਸੈਸਰੀ ਸਿਮਟਮਸ ਚਾਹੇ ਉਹ ਡਰੱਗ ਦੇ ਪੈਦਾ ਹੋਏ ਹੋਣ, ਸਾਨੂੰ ਮੈਡੀਸਨ ਵਿਦਡਰਾਅ ਕਰਨ ਦੀ ਲੋੜ ਪੈਂਦੀ ਹੈ। ਪਰ ਅਸੈਸਰੀ ਸਿਮਟਮ ਆਫ ਦੀ ਡਿਜ਼ੀਜ਼ ਅਗਰ ਪੈਦਾ ਹੋਏ ਨੇ ਤਾਂ ਇਹਦਾ ਮਤਲਬ ਇਹ ਆ ਕਿ ਸਾਡੀ ਪੈਥੋਲੋਜੀ ਵਿੱਚ ਕੁਛ ਹੋਰ ਐਡੀਸ਼ਨ ਹੋਣ ਦੀ ਲੋੜ ਹੈ ਕਿ ਇਹਦੇ ਵਿੱਚ ਬਹੁਤ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਆਮ ਤੌਰ 'ਤੇ ਅੱਗੇ ਅਸੀਂ ਯਾਦ ਕੀਤੀਆਂ ਜਾਂ ਲਿਖੀਆਂ ਹੋਈਆਂ ਨੇ ਕਿ ਮੰਨ ਲੈ ਜੇ ਪੌਕਸ ਹੋਈ ਹੈ ਤਾਂ ਪੌਕਸ ਵਿੱਚ ਕਿਵੇਂ ਕਿਵੇਂ ਨਿਸ਼ਾਨੀਆਂ, ਕਿਵੇਂ ਕਿਵੇਂ ਪਹਿਲਾਂ ਬੁਖਾਰ ਹੋਣਾ ਸ਼ੁਰੂ ਹੋਏਗਾ, ਜੀਭ ਮੈਲੀ ਹੋਣੀ ਸ਼ੁਰੂ ਹੋਏਗੀ, ਫਿਰ ਦਾਣੇ ਨਿਕਲੇ ਸ਼ੁਰੂ ਹੋਣਗੇ, ਫਿਰ ਦਾਣੇ ਇਸ ਤਰ੍ਹਾਂ ਪਸ ਬਣਨੀ ਸ਼ੁਰੂ ਹੋਏਗੀ। ਇਹ ਇੱਕ ਕੋਰਸ ਹੈ ਨਾ, ਕੋਰਸ ਅਸੀਂ ਜਾਣਦੇ ਹਾਂ ਕਿ ਇਸ ਤਰ੍ਹਾਂ ਦਾ ਹੋਏਗਾ। ਪਰ ਇਸ ਤੋਂ ਇਲਾਵਾ, ਇਸ ਪ੍ਰਕਿਰਿਆ ਤੋਂ ਇਲਾਵਾ ਅਗਰ ਕੋਈ ਸਿਮਟਮ ਪੈਦਾ ਹੁੰਦੇ ਨੇ ਔਰ ਉਹ ਸਿਮਟਮ ਅਸੀਂ ਵੇਖਦੇ ਹਾਂ ਕਿ ਦਿੱਤੀ ਗਈ ਦਵਾਈ ਤੋਂ, ਜਾਂ ਅਸੀਂ ਦਵਾਈ ਦਿੱਤੀ ਨਹੀਂ ਜਿਵੇਂ ਆਮ ਸਾਰੇ ਘਰਾਂ ਦਾ ਵਿਸ਼ਵਾਸ ਹੁੰਦਾ ਕਿ ਨਾ ਭਈ ਇੱਥੇ ਮਾਤਾ ਨਿਕਲੀਏ ਦਵਾਈ ਨਹੀਂ ਦੇਣੀ, ਹਾਈਜੀਨਿਕ ਤੌਰ 'ਤੇ ਅਸੀਂ ਇਹਨੂੰ ਠੀਕ ਕਰਨਾ ਹੈ, ਹਾਈਜੀਨਿਕ ਤੌਰ 'ਤੇ ਅਸੀਂ ਇਹਦੇ 'ਚ ਕੋਈ ਹੋਰ ਇਨਫੈਕਸ਼ਨ ਤੋਂ ਬਚਾਉਣ ਦੀ ਕੋਸ਼ਿਸ਼ ਕਰਨੀ ਹੈਗੀ ਹੈ, ਤਾਂ ਉਸ ਵੇਲੇ ਦਵਾਈ ਅਸੀਂ ਕੋਈ ਦਿੱਤੀ ਹੀ ਨਹੀਂ, ਤਾਂ ਫਿਰ ਕੀ ਹੈ, ਇਹ ਅਸੈਸਰੀ ਸਿਮਟਮ ਆਫ ਦੀ ਡਿਜ਼ੀਜ਼ ਹਨ। ਔਰ ਅਸੈਸਰੀ ਸਿਮਟਮਸ ਆਫ ਦੀ ਡਿਜ਼ੀਜ਼ ਨੂੰ ਵੀ ਵਾਚ ਕਰਨ ਦੀ ਲੋੜ ਹੈ ਔਰ ਦਵਾਈ ਫਿਰ ਬਦਲਣ ਦੀ ਲੋੜ ਹੈਗੀ ਹੈ ਜਿਹੜੀ ਇਹਨਾਂ ਅਸੈਸਰੀ ਸਿਮਟਮਸ ਨੂੰ ਵੀ ਕਵਰ ਕਰਦੀ ਹੋਵੇ। ਸੋ ਇਹਨਾਂ ਸਾਰੀਆਂ ਨਿਸ਼ਾਨੀਆਂ ਨੂੰ ਹੀ ਠੀਕ ਕਰਨ ਵਾਸਤੇ ਜੋ ਸਿਧਾਂਤ ਅਪਣਾਇਆ ਜਾਏਗਾ ਉਹ ਇਹੀ ਅਪਣਾਇਆ ਜਾਏਗਾ ਕਿ ਕੀ ਬਿਮਾਰੀ ਦੇ ਪੈਦਾ ਹੋਣ ਵਾਸਤੇ ਕੋਈ ਬਿਗਨਿੰਗ ਜੀਵਨ ਦੀ ਸ਼ੁਰੂਆਤ ਦੇ ਕਾਰਨ ਹਨ। ਅਸੈਸਰੀ ਸਿਮਟਮ ਪੈਦਾ ਹੋਣ ਦੇ ਤਾਂ ਸਾਨੂੰ ਪਤਾ ਲੱਗ ਗਿਆ ਕਿ ਦਵਾਈ ਦੇ ਕਾਰਨ ਨੇ ਜਾਂ ਮੈਡੀਸਨ ਦੇ ਕਾਰਨ ਨੇ, ਬਿਮਾਰੀ ਦੇ ਕਾਰਨ ਹਨ। ਪਰ ਜਿਹੜੇ ਹਾਲਾਤ ਪੈਦਾ ਹੋਏ ਨੇ ਉਹ ਹਾਲਾਤ ਕਿਸ ਕਰਕੇ ਪੈਦਾ ਹੋਏ ਸਨ, ਅਸੀਂ ਸਾਰੇ ਜਾਣਦੇ ਹਾਂ ਕਿ ਐਕਸਾਈਟਿੰਗ ਫੈਕਟਰ ਹੋਇਆ, ਜਿੱਦਾਂ ਹੀ ਖਾ ਲਿਆ ਸੀ ਗਲਾ ਖਰਾਬ ਹੋ ਗਿਆ, ਚਾਰ ਖਾ ਲਿਆ ਸੀ ਗਲਾ ਖਰਾਬ ਹੋ ਗਿਆ, ਮੀਂਹ 'ਚ ਚਲੇ ਗਏ ਸੀ, ਭਿੱਜ ਗਏ ਸੀ, ਛਿੱਕਾਂ ਜ਼ੁਕਾਮ ਲੱਗੇ, ਬੁਖਾਰ ਹੋ ਗਿਆ, ਇਹ ਐਕਸਾਈਟਿੰਗ ਫੈਕਟਰਸ ਨੇ। ਕੁਛ ਮੈਂਟੇਨਿੰਗ ਫੈਕਟਰ ਨੇ, ਜੇ ਵਾਰ ਵਾਰ ਹੀ ਇੱਕ ਗਲਤੀ ਤੁਸੀਂ ਕਰੀ ਜਾ ਰਹੇ ਹੋ ਜਾਂ ਉਸ ਗਲਤੀ ਨੂੰ ਮਹਿਸੂਸ ਨਹੀਂ ਕਰ ਰਹੇ, ਤੁਸੀਂ ਸਮਝੋ ਤਾਂ ਨਾਰਮਲ ਰੂਟੀਨ ਆ, ਇਹ ਤਾਂ ਮੇਰਾ ਨਾਰਮਲ ਰੂਟੀਨ ਆ, ਪਰ ਬਿਮਾਰੀ ਵੱਧਦੀ ਗਈ, ਤਕਲੀਫ ਵੱਧਦੀ ਗਈ, ਔਰ ਤਕਲੀਫ ਵੱਧਦੇ ਵੱਧਦੇ ਹਾਲਾਤ ਇਹ ਆ ਗਏ ਕਿ ਹੁਣ ਸਾਨੂੰ ਲੱਗਦਾ ਆ ਭਈ ਇਹ ਕੋਈ ਪੁਰਾਣਾ ਰੋਗ ਬਣ ਗਿਆ। ਪਰ ਉਹ ਪੁਰਾਣਾ ਰੋਗ ਨਹੀਂ ਹੋਇਆ ਹੁੰਦਾ ਜੇ ਅਸੀਂ ਪੜਚੋਲ ਕਰਾਂਗੇ ਤਾਂ ਅਸੀਂ ਉਸ ਚੀਜ਼ ਤੱਕ ਪਹੁੰਚ ਜਾਵਾਂਗੇ ਕਿ ਇਹਦੇ ਪਿੱਛੇ ਮੈਂਟੇਨਿੰਗ ਕਾਰਨ ਹਨ, ਉਹ ਬਿਮਾਰੀ ਨੂੰ ਮੈਂਟੇਨ ਕਰ ਰਹੇ ਹਨ। ਜਿਵੇਂ ਆਮ ਤੌਰ 'ਤੇ ਦੋਸਤ ਅਗਰ ਦੁਸ਼ਮਣ ਬਣ ਜਾਏ ਨਾ ਤਾਂ ਜਲਦੀ ਪਛਾਣ ਨਹੀਂ ਹੁੰਦੀ, ਨੁਕਸਾਨ ਜ਼ਿਆਦਾ ਹੁੰਦਾ ਆ। ਜਿਹਨਾਂ ਗੱਲਾਂ ਨੂੰ ਅਸੀਂ ਸਮਝਦੇ ਹਾਂ ਵੀ ਇਹ ਤਾਂ ਮੇਰਾ ਰੂਟੀਨ ਹੈ ਜੀ ਲਾਈਫ ਦਾ, ਇਹ ਤਾਂ ਰੂਟੀਨ 'ਚ ਮੈਂ ਰੋਜ਼ ਹੀ ਖਾਂਦਾ ਹਾਂ ਜੀ, ਆਹ ਚੀਜ਼ ਤਾਂ ਮੈਨੂੰ 20 ਸਾਲ ਹੋ ਗਏ ਖਾਂਦੇ ਨੂੰ ਜੀ, ਆਹ ਚੀਜ਼ ਤਾਂ ਮੈਂ ਜਨਮ ਤੋਂ ਲੈ ਕੇ ਖਾ ਰਿਹਾ ਹਾਂ ਜੀ। ਕਈ ਵਾਰ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ ਹੋ ਤਾਂ ਉਹਦਾ ਮਤਲਬ ਇਹ ਹੁੰਦਾ ਆ ਕਿ ਉਹ ਮੈਂਟੇਨਿੰਗ ਕਾਰਨ ਹਨ, ਉਹਨਾਂ ਰਾਹੀਂ ਜਾਣ ਵਾਲੀ ਸਰੀਰ ਦੇ ਵਿੱਚ ਟੋਕਸਿਸਿਟੀ ਇੰਨੀ ਜ਼ਿਆਦਾ ਮਾਈਨਿਊਟ ਸੀ ਕਿ ਤੁਹਾਡਾ ਸਰੀਰ ਬਰਦਾਸ਼ਤ ਕਰਦਾ ਰਿਹਾ, ਇੰਨੀ ਮਾਈਨਿਊਟ ਸੀ ਕਿ ਉਹਨੇ ਸਿਮਟਮ ਪੈਦਾ ਨਹੀਂ ਕੀਤੇ, ਹੁਣ ਇੰਨੀ ਜ਼ਿਆਦਾ ਕੋਨਸਨਟ੍ਰੇਸ਼ਨ ਉਹਦੀ ਹੋ ਗਈ ਹੈ ਕਿ ਸਿਮਟਮ ਪੈਦਾ ਹੋ ਗਏ ਨੇ। ਪਰ ਤੁਸੀਂ ਇਸ ਗੱਲ ਨੂੰ ਨਹੀਂ ਸਮਝ ਰਹੇ। ਜਦੋਂ ਵੀ ਇਸ ਤਰ੍ਹਾਂ ਦਾ ਟੀਕੇ ਵਿੱਚ ਇਲਾਜ ਹੋਵੇ ਤਾਂ ਉਸ ਵੇਲੇ ਇਲਾਜ ਪ੍ਰਕਿਰਿਆ ਦੇ ਵਿੱਚ ਇਹ ਹੈ ਕਿ ਇੱਕ ਵਾਰ ਸਾਰਾ ਕੁਛ ਉਹ ਬੰਦ ਕਰ ਦਿਓ, ਤੁਸੀਂ ਖਾ ਕੀ ਰਹੇ ਹੋ, ਤੁਸੀਂ ਰਹਿ ਕਿਵੇਂ ਰਹੇ ਹੋ, ਤੁਸੀਂ ਜੀਵਨ ਦਾ ਚਲਣ ਕੀ ਹੈਗਾ, ਬੈੱਡ ਰੈਸਟ ਕਿਉਂ ਦੱਸੀ ਜਾਂਦੀ ਪੇਸ਼ੈਂਟ ਨੂੰ, ਤੁਹਾਡਾ ਜੀਵਨ ਚਲਣ ਬਦਲਣ ਵਾਸਤੇ, ਖੁਰਾਕ ਕਿਉਂ ਬਦਲੀ ਜਾਂਦੀ ਹੈ, ਤੁਹਾਡਾ ਖਾਣ ਪਾਣ ਬਦਲਣ ਵਾਸਤੇ। ਸੋ ਇਹ ਸਾਰੀਆਂ ਗੱਲਾਂ ਇੱਕਦਮ ਬਦਲ ਕੇ ਫਿਰ ਹੌਲੀ ਹੌਲੀ ਸਟਾਰਟ ਕਰੋ ਤਾਂ ਕਿ ਜਿਹਨਾਂ ਕਾਰਨਾਂ ਕਰਕੇ ਕੋਈ ਬਿਮਾਰੀ ਪੈਦਾ ਹੋਈ ਹੈ ਉਹ ਜਿਹੜੇ ਕਾਰਨ ਨੇ ਉਹ ਸਾਰੇ ਦੂਰ ਹੋ ਜਾਣ। ਅੱਜ ਦਾ ਸਮਾਂ ਸਮਾਪਤ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥਿਕ ਕੰਸਲਟੈਂਟ, ਤੁਹਾਡੀ ਸੇਵਾ 'ਚ ਹਾਜ਼ਰ ਹਾਂ 7021
ਵਿਲੇਜ ਪਾਰਕਵੇ ਡਬਲਿਨ ਕੈਲੀਫੋਰਨੀਆ 94568। ਮੇਰੇ ਫੋਨ ਨੰਬਰ ਤੁਹਾਡੇ ਸਕਰੀਨ 'ਤੇ ਡਿਸਪਲੇ ਹੋ ਰਹੇ ਨੇ, ਕਿਸੇ ਵੀ ਫੋਨ ਨੰਬਰ 'ਤੇ ਕਾਲ ਕਰਕੇ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਹੋਮਿਓਪੈਥਿਕ ਸਿਧਾਂਤ ਜਾਣਨਾ ਚਾਹੁੰਦੇ ਹੋ ਜਾਂ ਕਿਸੇ ਬਿਮਾਰੀ ਬਾਰੇ ਜਾਣਨਾ ਚਾਹੁੰਦੇ ਹੋ ਜਾਂ ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਜਾਂ ਹੋਮਿਓਪੈਥਿਕ ਤਰੀਕੇ ਨਾਲ ਇਲਾਜ ਕਰਵਾਉਣਾ ਚਾਹੁੰਦੇ ਹੋ ਜਾਂ ਹੋਮਿਓਪੈਥਿਕ ਦਵਾਈਆਂ ਹੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ ਕਿਸੇ ਵੀ ਨੰਬਰ 'ਤੇ ਔਰ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ।